ਸਪੇਅਰ ਪਾਰਟ ਦੀ ਦੁਕਾਨ ਹੈ ਜੀ, ਚੋਰੀ ਉੱਪਰੋਂ ਛੱਤ ਪਾੜ ਕੇ ਹੋਈ ਹੈ ਜੀ। ਕਿੱਦਾਂ ਹੋਈ, ਪਤਾ ਕਿਵੇਂ ਲੱਗਾ ਤੁਹਾਨੂੰ? ਇਹ ਸਵੇਰੇ ਆ ਕੇ ਜੋ ਦੁਕਾਨ ਖੋਲ੍ਹੀ ਉਹਦੇ ਪਤਾ ਲੱਗਾ ਜੀ। ਕੀ ਦੇਖਿਆ ਕੀ ਦੇਖਿਆ? ਕੈਮਰੇ ਦੇ ਵਿੱਚ ਪਤਾ ਲੱਗਦਾ ਵੀ ਰਾਤ ਨੂੰ 2 ਵਜੇ ਦੇ ਆ ਕੇ ਸਵੇਰੇ ਤਕਰੀਬਨ 5 ਵਜੇ ਗਏ ਉਹ। ਇਹ ਕੰਧ ਛੱਤ ਪਾੜੀ ਗਈ ਜੀ? ਹਾਂ, ਛੱਤ ਪਾੜੀ ਗਈ ਜੀ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਤਾਂ 10,000 ਦਾ ਰੁਪਏ ਦਾ ਉੱਪਰੋਂ ਉੱਪਰੋਂ ਸਮਾਨ ਚੱਕ ਕੇ ਲਗਾਇਆ ਜੀ। ਉਹ ਬੋਰੀ ਭਰ ਕੇ ਥੱਲੇ ਉਤਰਨ ਦੀ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ, ਲੱਤ ਲਮਕਾਈ, ਹੱਥ ਕੈਮਰਾ ਲੱਗਾ ਸਾਡਾ, ਇਸ ਕਰਕੇ ਉਹਦੇ ਵਿੱਚ ਆਇਆ ਅਤੇ ਉਹ ਥੱਲੇ ਉਤਰ ਨਹੀਂ ਪਾਏ। ਪਰ ਬਹੁਤ ਗਾਇਬ ਹੈ। ਦੁਕਾਨ ਦੇ ਬਾਹਰ ਤੁਹਾਡੇ ਚੌਕੀਦਾਰ ਵੀ ਹਰ ਰਾਤ ਨੂੰ ਮੌਜੂਦ ਹੁੰਦਾ? ਹਾਂ, ਚੌਕੀਦਾਰ ਹੁੰਦਾ, ਲੇਕਿਨ ਚੌਕੀਦਾਰ ਇਹ ਪਿਛਲੇ ਪਾਸੇ ਆ ਗਿਆ ਨਾ ਜੀ ਦੁਕਾਨ ਦਾ, 40 ਫੁੱਟ ਪਿੱਛੇ ਹੋ ਗਿਆ, ਇਸ ਨੁੱਕਰ 'ਚ ਆ ਕੇ ਹੋ ਗਿਆ। ਪਹਿਲਾਂ ਉਹਨਾਂ ਨੇ ਪਾੜ ਇਧਰਲੇ ਪਾਸੇ ਲਾਉਣ ਦੀ ਕੋਸ਼ਿਸ਼ ਕੀਤੀ, ਇੱਥੇ ਨਹੀਂ ਲੱਗਾ, ਫਿਰ ਇੱਥੇ ਲਾਇਆ। ਪੁਲਿਸ ਨੇ ਇਤਲਾਹ ਦਿੱਤੀ ਜੀ? ਹਾਂ, ਪੁਲਿਸ ਨੂੰ ਇਤਲਾਹ ਦਿੱਤੀ ਹੈ, ਪੁਲਿਸ ਵਾਲੇ ਹੋ ਕੇ ਗਏ। ਵੈਸੇ ਹਾਲ ਬਹੁਤ ਭੈੜਾ ਹੈ, ਪ੍ਰਸ਼ਾਸਨ ਦਾ ਕੋਈ ਇਹਨਾਂ ਦਾ ਕੰਟਰੋਲ ਹੈ ਨਹੀਂ, ਰੋਜ਼ ਹੀ ਕਾਰਵਾਈ ਹੋ ਰਹੀ ਹੈ। ਪਹਿਲਾਂ ਤਾਂ ਚੋਰੀਆਂ ਹੁੰਦੀਆਂ ਸੀ, ਹੁਣ ਪਾੜ ਲੱਗਣ ਲੱਗ ਪਏ। ਫੇਰ ਪਾੜ ਦੀ ਦੁਕਾਨ ਹੈ ਜੀ, ਚੋਰੀ ਉੱਪਰੋਂ ਛੱਤ ਪਾੜ ਕੇ ਹੋਈ ਹੈ ਜੀ। ਕਿੱਦਾਂ ਹੋਈ, ਪਤਾ ਕਿਵੇਂ ਲੱਗਿਆ ਤੁਹਾਨੂੰ? ਇਹ ਸਵੇਰੇ ਆ ਕੇ ਜੋ ਦੁਕਾਨ ਖੋਲ੍ਹੀ ਉਹਦੇ ਪਤਾ ਲੱਗਾ ਜੀ। ਕੀ ਦੇਖਿਆ ਕੀ ਦੇਖਿਆ? ਕੈਮਰੇ ਦੇ ਵਿੱਚ ਪਤਾ ਲੱਗਦਾ ਵੀ ਰਾਤ ਨੂੰ 2 ਵਜੇ ਦੇ ਆ ਕੇ ਸਵੇਰੇ ਤਕਰੀਬਨ 5 ਵਜੇ ਗਏ ਉਹ। ਇਹ ਕੰਧ ਛੱਤ ਪਾੜੀ ਗਈ ਜੀ? ਹਾਂ, ਛੱਤ ਪਾੜੀ ਗਈ ਜੀ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਤਾਂ 10,000 ਦਾ ਰੁਪਏ ਦਾ ਉੱਪਰੋਂ ਉੱਪਰੋਂ ਸਮਾਨ ਚੱਕ ਕੇ ਲਗਾਇਆ ਜੀ। ਉਹ ਬੋਰੀ ਭਰ ਕੇ ਥੱਲੇ ਉਤਰਨ ਦੀ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ, ਲੱਤ ਲਮਕਾਈ, ਹੱਥ ਕੈਮਰਾ ਲੱਗਾ ਸਾਡਾ, ਇਸ ਕਰਕੇ ਉਹਦੇ ਵਿੱਚ ਆਇਆ ਅਤੇ ਉਹ ਥੱਲੇ ਉਤਰ ਨਹੀਂ ਪਾਏ। ਪਰ ਬਹੁਤ ਗਾਇਬ ਹੈ। ਦੁਕਾਨ ਦੇ ਬਾਹਰ ਤੁਹਾਡੇ ਚੌਕੀਦਾਰ ਵੀ ਹਰ ਰਾਤ ਨੂੰ ਮੌਜੂਦ ਹੁੰਦਾ? ਹਾਂ, ਚੌਕੀਦਾਰ ਹੁੰਦਾ, ਲੇਕਿਨ ਚੌਕੀਦਾਰ ਇਹ ਪਿਛਲੇ ਪਾਸੇ ਆ ਗਿਆ ਨਾ ਜੀ ਦੁਕਾਨ ਦਾ, 40 ਫੁੱਟ ਪਿੱਛੇ ਹੋ ਗਿਆ, ਇਸ ਨੁੱਕਰ 'ਚ ਆ ਕੇ ਹੋ ਗਿਆ। ਪਹਿਲਾਂ ਉਹਨਾਂ ਨੇ ਪਾੜ ਇਧਰਲੇ ਪਾਸੇ ਲਾਉਣ ਦੀ ਕੋਸ਼ਿਸ਼ ਕੀਤੀ, ਇੱਥੇ ਨਹੀਂ ਲੱਗਾ, ਫਿਰ ਇੱਥੇ ਲਾਇਆ। ਪੁਲਿਸ ਨੇ ਇਤਲਾਹ ਦਿੱਤੀ ਜੀ? ਹਾਂ, ਪੁਲਿਸ ਨੂੰ ਇਤਲਾਹ ਦਿੱਤੀ ਹੈ, ਪੁਲਿਸ ਵਾਲੇ ਹੋ ਕੇ ਗਏ। ਵੈਸੇ ਹਾਲ ਬਹੁਤ ਭੈੜਾ ਹੈ, ਪ੍ਰਸ਼ਾਸਨ ਦਾ ਕੋਈ ਇਹਨਾਂ ਦਾ ਕੰਟਰੋਲ ਹੈ ਨਹੀਂ, ਰੋਜ਼ ਹੀ ਕਾਰਵਾਈ ਹੋ ਰਹੀ। ਪਹਿਲਾਂ ਤਾਂ ਚੋਰੀਆਂ ਹੁੰਦੀਆਂ ਸੀ, ਹੁਣ ਪਾੜ ਲੱਗਣ ਲੱਗ ਪਏ। ਫੇਰ ਪਾੜ ਦੀ ਦੁਕਾਨ ਹੈ ਜੀ, ਚੋਰੀ ਉੱਪਰੋਂ ਛੱਤ ਪਾੜ ਕੇ ਹੋਈ ਹੈ ਜੀ। ਕਿੱਦਾਂ ਹੋਈ, ਪਤਾ ਕਿਵੇਂ ਲੱਗਾ ਤੁਹਾਨੂੰ? ਇਹ ਸਵੇਰੇ ਆ ਕੇ ਜੋ ਦੁਕਾਨ ਖੋਲ੍ਹੀ ਉਹਦੇ ਪਤਾ ਲੱਗਾ ਜੀ। ਕੀ ਦੇਖਿਆ ਕੀ ਦੇਖਿਆ? ਕੈਮਰੇ ਦੇ ਵਿੱਚ ਪਤਾ ਲੱਗਦਾ ਵੀ ਰਾਤ ਨੂੰ 2 ਵਜੇ ਦੇ ਆ ਕੇ ਸਵੇਰੇ ਤਕਰੀਬਨ 5 ਵਜੇ ਗਏ ਉਹ। ਇਹ ਕੰਧ ਛੱਤ ਪਾੜੀ ਗਈ ਜੀ? ਹਾਂ, ਛੱਤ ਪਾੜੀ ਗਈ ਜੀ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਤਾਂ 10,000 ਦਾ ਰੁਪਏ ਦਾ ਉੱਪਰੋਂ ਉੱਪਰੋਂ ਸਮਾਨ ਚੱਕ ਕੇ ਲਗਾਇਆ ਜੀ। ਉਹ ਬੋਰੀ ਭਰ ਕੇ ਥੱਲੇ ਉਤਰਨ ਦੀ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ, ਲੱਤ ਲਮਕਾਈ, ਹੱਥ ਕੈਮਰਾ ਲੱਗਾ ਸਾਡਾ, ਇਸ ਕਰਕੇ ਉਹਦੇ ਵਿੱਚ ਆਇਆ ਅਤੇ ਉਹ ਥੱਲੇ ਉਤਰ ਨਹੀਂ ਪਾਏ। ਪਰ ਬਹੁਤ ਗਾਇਬ ਹੈ। ਦੁਕਾਨ ਦੇ ਬਾਹਰ ਤੁਹਾਡੇ ਚੌਕੀਦਾਰ ਵੀ ਹਰ ਰਾਤ ਨੂੰ ਮੌਜੂਦ ਹੁੰਦਾ? ਹਾਂ, ਚੌਕੀਦਾਰ ਹੁੰਦਾ, ਲੇਕਿਨ ਚੌਕੀਦਾਰ ਇਹ ਪਿਛਲੇ ਪਾਸੇ ਆ ਗਿਆ ਨਾ ਜੀ ਦੁਕਾਨ ਦਾ, 40 ਫੁੱਟ ਪਿੱਛੇ ਹੋ ਗਿਆ, ਇਸ ਨੁੱਕਰ 'ਚ ਆ ਕੇ ਹੋ ਗਿਆ। ਪਹਿਲਾਂ ਉਹਨਾਂ ਨੇ ਪਾੜ ਇਧਰਲੇ ਪਾਸੇ ਲਾਉਣ ਦੀ ਕੋਸ਼ਿਸ਼ ਕੀਤੀ, ਇੱਥੇ ਨਹੀਂ ਲੱਗਾ, ਫਿਰ ਇੱਥੇ ਲਾਇਆ। ਪੁਲਿਸ ਨੇ ਇਤਲਾਹ ਦਿੱਤੀ ਜੀ? ਹਾਂ, ਪੁਲਿਸ ਨੂੰ ਇਤਲਾਹ ਦਿੱਤੀ ਹੈ, ਪੁਲਿਸ ਵਾਲੇ ਹੋ ਕੇ ਗਏ। ਵੈਸੇ ਹਾਲ ਬਹੁਤ ਭੈੜਾ ਹੈ, ਪ੍ਰਸ਼ਾਸਨ ਦਾ ਕੋਈ ਇਹਨਾਂ ਦਾ ਕੰਟਰੋਲ ਹੈ ਨਹੀਂ, ਰੋਜ਼ ਹੀ ਕਾਰਵਾਈ ਹੋ ਰਹੀ। ਪਹਿਲਾਂ ਤਾਂ ਚੋਰੀਆਂ ਹੁੰਦੀਆਂ ਸੀ, ਹੁਣ ਪਾੜ ਲੱਗਣ ਲੱਗ ਪਏ।